ਵੈਲਕਮ ਕਰਦੇ ਆ ਜੀ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ ਅੱਜ ਆਪਾਂ ਡਿਸਕਸ ਕਰਾਂਗੇ ਜੀ ਜਿਹੜੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਵੱਲੋਂ ਸਟਾਫ ਨਰਸ ਦਾ ਐਗਜ਼ਾਮ ਲਿਆ ਗਿਆ ਸੀ 19 ਦਸੰਬਰ ਨੂੰ ਉਸ ਦੀ ਡਾਕੂਮੈਂਟ ਵੈਰੀਫਿਕੇਸ਼ਨ ਜਿਹੜੀ ਚੱਲ ਰਹੀ ਆ ਵੀ ਕੀ ਉਹਦੇ ਵਿੱਚ ਹੋਰ ਕੈਂਡੀਡੇਟਸ ਨੂੰ ਐਡ ਕਰਨ ਦਾ ਮੌਕਾ ਆਵੇਗਾ ਜਾਂ ਕੀ ਮੈਰਿਟ ਲਿਸਟ ਹੋਰ ਹੇਠਾਂ ਜਾਵੇਗੀ ਜਾਂ ਕੀ ਇੱਕ ਹੋਰ ਵੈਰੀਫਿਕੇਸ਼ਨ ਲਿਸਟ ਆਵੇਗੀ ਜਾਂ ਨਹੀਂ ਆਵੇਗੀ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਹੀ ਕੈਂਡੀਡੇਟਸ ਨੂੰ ਰਿਕਵੈਸਟ ਹੈ ਜੀ ਜਿਹੜੇ ਵੀ ਸਟੂਡੈਂਟ ਆ ਭੈਣ ਭਰਾ ਚੈਨਲ ਦੇ ਉੱਤੇ ਪਹਿਲੀ ਵਾਰ ਕਰ ਰਹੇ ਨੇ ਵਿਜ਼ਿਟ ਉਹ ਕਰ ਲਵੋ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਦਬੋ ਤਦ ਤਾਕਿ ਤੁਹਾਨੂੰ ਹਰ ਇੱਕ ਇੰਪੋਰਟੈਂਟ ਇਨਫੋਰਮੇਸ਼ਨ ਦੇ ਰਿਗਾਰਡਿੰਗ ਜੋ ਆਪਾਂ ਵੀਡੀਓ ਅਪਲੋਡ ਕਰਦੇ ਹਾਂ ਉਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪ੍ਰਾਪਤ ਹੋ ਸਕੇ ਤੇ ਤੁਸੀਂ ਕੋਈ ਵੀ ਇੰਪੋਰਟੈਂਟ ਜਾਣਕਾਰੀ ਮਿਸ ਨਾ ਕਰੋ ਨਾਲ ਦੀ ਨਾਲ ਡਿਸਕ੍ਰਿਪਸ਼ਨ ਵਿੱਚ ਜਾ ਕੇ ਆਪਣੇ ਟੈਲੀਗ੍ਰam ਅਤੇ ਇੰਸਟਾਗ੍ਰam ਲਿੰਕਾਂ ਨੂੰ ਜ਼ਰੂਰ ਫਾਲੋ ਕਰ ਲਿਓ ਹਾਂਜੀ ਹੁਣ ਆਪਾਂ ਸਟਾਰਟ ਕਰਦੇ ਹਾਂ ਆਪਣੀ ਅੱਜ ਦੀ ਵੀਡੀਓ ਦਾ ਟੌਪਿਕ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਜੋ ਐਗਜ਼ਾਮ ਲਿਆ ਗਿਆ ਸੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਉਸ ਦੀ ਡਾਕੂਮੈਂਟ ਵੈਰੀਫਿਕੇਸ਼ਨ ਜਿਹੜੀ ਉਹ ਡੀਆਰਐਮ ਹੀ ਕਰ ਰਹੀ ਆ ਤੇ ਉਸ ਦਾ ਸ਼ਡਿਊਲ ਚੱਲ ਰਿਹਾ ਵਾ ਤੇ 23 ਤਰੀਕ ਲਾਸਟ ਤਰੀਕ ਹੋਵੇਗੀ ਯਾਨੀ ਕਿ 21 22 23 ਤਿੰਨ ਦਿਨ ਰਹਿ ਗਏ ਨੇ ਡਾਕੂਮੈਂਟ ਵੈਰੀਫਿਕੇਸ਼ਨ ਦੇ ਇਹਦੇ ਵਿੱਚ ਫਰੀडम फाइਟਰ ਤੇ ਈਡਬਲਯੂਐਸ ਵਾਲਿਆਂ ਦੀ ਰਹਿ ਗਈ ਬਾਕੀ ਲਗਭਗ ਕੰਪਲੀਟ ਹੋ ਚੁੱਕੀ ਆ ਠੀਕ ਆ ਜੀ ਕੱਲ ਦਾ ਦਿਨ ਆ ਜਿਹਦੇ ਵਿੱਚ ਅ ਮਤਲਬ ਆਪਣੇ 11 1100 ਤੋਂ 1300 ਬੱਚਾ ਜਿਹੜਾ ਐਂਡ ਵਾਲਾ ਉਹਨਾਂ ਦੀ ਡਾਕੂਮੈਂਟ ਵੈਰੀਫਿਕੇਸ਼ਨ ਹੋਣੀ ਆ ਠੀਕ ਆ ਜੀ ਤੇ ਹਾਂਜੀ ਆਪਾਂ ਗੱਲ ਕਰ ਰਹੇ ਸੀਗੇ ਵੀ ਕੀ ਮੈਰਿਟ ਲਿਸਟ ਆ ਜਿਹੜੀ ਹੋਰ ਜਾ ਸਕਦੀ ਆ ਸੋ ਇਸ ਤੇ ਆਪਾਂ ਡਿਟੇਲ ਦੇ ਵਿੱਚ ਗੱਲ ਕਰਦੇ ਆ ਤੁਹਾਨੂੰ ਲੈ ਕੇ ਚੱਲਦੇ ਆ ਨੈਕਸਟ ਪੇਜ ਦੇ ਉੱਤੇ ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਬਈ ਜਿਹੜੀਆਂ ਸਟਾਫ ਨਰਸ ਦੀਆਂ ਪੋਸਟਾਂ ਸੀਗੀਆਂ ਇਹ ਟੋਟਲ ਸੀਗੀਆਂ 1326 ਪੋਸਟਾਂ ਠੀਕ ਆ ਜੀ ਸੌਰੀ 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 ਟੋਟਲ ਇਹਦਾ ਕੈਂਡੀਡੇਟ ਸੀ ਜਿਹੜੇ ਵੈਰੀਫਿਕੇਸ਼ਨ ਲਈ ਬੁਲਾਏ ਗਏ ਨੇ 1326 ਕੈਂਡੀਡੇਟ ਟੋਟਲ ਪੋਸਟਾਂ ਹੈਗੀਆਂ ਨੇ ਜੀ 922 ਠੀਕ ਆ ਜੀ 922 ਪੋਸਟਾਂ ਨੇ ਟੋਟਲ ਤੇ ਇਹਨਾਂ ਨੇ ਜਿਹੜੀ ਡਾਕੂਮੈਂਟ ਵੈਰੀਫਿਕੇਸ਼ਨ ਲਿਸਟ ਕੱਢੀ ਸੀਗੀ ਉਹ ਕੱਢੀ ਸੀ 1326 ਕੈਂਡੀਡੇਟ ਦੀ ਹੁਣ ਇੱਥੇ ਆਪਾਂ ਦੇਖਦੇ ਆਂ ਵੀ ਜੇ ਆਪਾਂ 1326 922 ਕਰਦੇ ਆ ਤਾਂ ਬਰਾਬਰ 404 ਕੈਂਡੀਡੇਟ ਨੇ ਜਿਹੜੇ ਉਹ ਇਹਨਾਂ ਨੇ ਬਾਧੂ ਬੁਲਾਏ ਸੀ ਠੀਕ ਆ ਜੀ ਸੋ ਜਿੱਥੋਂ ਤੱਕ ਰਿਪੋਰਟ ਮਿਲ ਰਹੀ ਆ ਵੀ ਜਿਹੜੇ ਪਹਿਲੇ 14 15 ਨੂੰ ਡਾਕੂਮੈਂਟ ਵੈਰੀਫਿਕੇਸ਼ਨ ਹੋਈ ਆ ਉਹ ਚ 100 ਤੋਂ 150 ਬੱਚਾ ਐਬਸੈਂਟ ਹੋ ਗਿਆ ਸੀ ਸੋ ਉਸ ਤੋਂ ਬਾਅਦ ਵੀ ਜੇ 100 ਤੋਂ 150 ਬੱਚਾ ਐਬਸੈਂਟ ਹੁੰਦਾ ਤੇ 404 ਹੀ ਬਾਧੂ ਬੁਲਾਏ ਸੀ ਤੇ ਬਾਕੀ ਕਾਫੀ ਮਤਲਬ 100 ਕ ਬੱਚਾ ਇਹੋ ਜਿਹਾ ਵੀ ਹੋਊਗਾ ਵਿੱਚ ਜਿਹੜੇ ਜਿਨ੍ਹਾਂ ਦੇ ਡਾਕੂਮੈਂਟ ਆ ਜਿਹੜੇ ਉਹਨਾਂ 'ਚ ਮਿਸਟੇਕ ਨਿਕਲੂਗੀ ਕਿਉਂਕਿ ਸਾਰਿਆਂ ਦੇ ਪ੍ਰੋਪਰ ਡਾਕੂਮੈਂਟ ਸਹੀ ਨਹੀਂ ਹੁੰਦੇਗੇ ਇਹ ਕਦੇ ਵੀ ਨਹੀਂ ਹੋ ਸਕਦਾ ਕਾਫੀ ਸਾਰੇ ਬੱਚੇ ਇਹਨਾਂ ਵਿੱਚੋਂ ਵੀ ਨਿਕਲਣਗੇ ਸੋ ਪਹਿਲਾਂ ਐਬਸੈਂਟ ਹੋਏ ਆ ਜਿਹੜੇ ਉਹ ਨਿਕਲਣਗੇ ਤੇ ਜਿਹੜੇ ਆਪਣੇ ਡਾਕੂਮੈਂਟਾਂ 'ਚ ਜਿਨ੍ਹਾਂ 'ਚ ਕੁਝ ਕੁਛ ਨਾ ਕੁਛ ਨੁਕਸ ਹੋਊਗਾ ਉਹ ਵੀ ਨਿਕਲੂਗਾ ਸੋ ਜਿਹੜੇ ਬੱਚਿਆਂ ਦੀ ਕੱਲ ਪਰਸੋ ਤੇ ਚੌਥ ਡਾਕੂਮੈਂਟ ਵੈਰੀਫਿਕੇਸ਼ਨ ਆ ਉਹਨਾਂ ਨੂੰ ਮੈਂ ਰਿਕਵੈਸਟ ਕਰਦਾ ਮਾਂ ਵੀ ਡਾਕੂਮੈਂਟ ਵੈਰੀਫਿਕੇਸ਼ਨ ਨਾ ਛੱਡਿਓ ਡਾਕੂਮੈਂਟ ਵੈਰੀਫਿਕੇਸ਼ਨ ਕਰਵਾਉਣ ਜ਼ਰੂਰ ਜਾਇਓ ਜੇ ਡਾਕੂਮੈਂਟ ਤੁਹਾਡੇ ਕੋਲ ਆਪਦੇ ਸਾਰੇ ਕੰਪਲੀਟ ਕਰਕੇ ਲੈ ਕੇ ਜਾਇਓ ਪਰ ਡਾਕੂਮੈਂਟ ਵੈਰੀਫਿਕੇਸ਼ਨ ਜ਼ਰੂਰ ਕਰਵਾ ਕੇ ਆਇਓ ਜੌਬ ਲੱਗਣ ਦੇ ਬਹੁਤ ਚਾਂਸ ਨੇ ਠੀਕ ਆ ਜੀ ਸੋ ਜਿਹੜੇ ਬੱਚੇ ਕਹਿ ਰਹੇ ਆ ਕਿ ਮੈਰਿਟ ਹੋਰ ਹਾਂਜੀ ਮੈਰਿਟ ਹੋਰ ਤਾਂ ਆਊਗੀ ਜੇ ਇਹਨਾਂ ਦੇ ਵਿੱਚੋਂ ਇਹਨਾਂ ਤੋਂ ਬੱਚੇ ਪੂਰੇ ਨਹੀਂ ਹੁੰਦੇ ਠੀਕ ਆ ਜੀ ਜੇ ਬੱਚੇ ਪੂਰੇ ਨਹੀਂ ਹੁੰਦੇ ਤਾਂ ਨਾਰਮਲੀ ਗੱਲ ਆ ਵੀ ਜੇ 922 ਬੱਚੇ ਕੁਝ ਕੁ ਡਾਕੂਮੈਂਟ ਚ ਫਾਲਟ ਕਰਕੇ ਨਿਕਲ ਗਏ ਕੁਝ ਕੈਪਸੈਂਟ ਹੋ ਗਏ ਤਾਂ ਇਹ ਅਗਲੀ ਲਿਸਟ ਕੱਢਣਗੇ ਠੀਕ ਹੈ ਜੀ ਪਰ ਉਹਦਾ ਸਾਰੇ ਕਾਸੇ ਦਾ ਪਤਾ ਡਾਕੂਮੈਂਟ ਵੈਰੀਫਿਕੇਸ਼ਨ ਤੋਂ ਬਾਅਦ ਜਿਹੜੀ ਅਗਲੀ ਲਿਸਟ ਆਊਗੀ ਉਹਦੇ ਵਿੱਚ ਪਤਾ ਲੱਗ ਜਾਊਗਾ ਜੇ ਲੋਡ ਹੋਈ ਤਾਂ ਇਹ ਲਿਸਟ ਜ਼ਰੂਰ ਕੱਢਣਗੇ ਸੋ ਮੈਰਿਟ ਵੀ ਡੈਫੀਨਿਟਲੀ ਹੇਠਾਂ ਜਾਊਗੀ ਫਿਰ ਠੀਕ ਆ ਸੋ ਬੱਚੇ ਹੋਪ ਨਾ ਛੱਡਣ ਹਲੇ ਪੋਜ਼ਿਟਿਵ ਰਹੋ ਜਿਹੜੇ ਬੱਚਿਆਂ ਦੇ ਮਾਰਕਸ ਥੋੜੇ ਬਹੁਤ ਘੱਟ ਨੇ ਇੱਕ ਅੱਧਾ ਨੰਬਰ ਹਨਾ ਥੋੜੇ ਥੱਲੇ ਨੇ ਉਹਨਾਂ ਨੂੰ ਉਮੀਦ ਜ਼ਰੂਰ ਰੱਖਣੀ ਚਾਹੀਦੀ ਆ ਸੋ ਮੈਂ ਇਹੀ ਰਿਕਵੈਸਟ ਕਰਦਾ ਵੀ ਜਿਨ੍ਹਾਂ ਦੀ ਹਲੇ ਡਾਕੂਮੈਂਟ ਵੈਰੀਫਿਕੇਸ਼ਨ ਰਹਿੰਦੀ ਆ ਉਹ ਜ਼ਰੂਰ ਕਰਵਾ ਕੇ ਆਓ ਠੀਕ ਆ ਜੀ ਕੋਈ ਵੀ ਬੱਚਾ ਐਬਸੈਂਟ ਨਹੀਂ ਹੋਣਾ ਚਾਹੀਦਾ ਸੋ ਉਮੀਦ ਆ ਤੁਹਾਨੂੰ ਇਨਫੋਰਮੇਸ਼ਨ ਵਧੀਆ ਲੱਗੀ ਹੋਊਗੀ ਜੇ ਵਧੀਆ ਲੱਗਦੀ ਹੁੰਦੀ ਆ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਸੋ ਮਿਲਦੇ ਆ ਨਵੀਂ ਅਪਡੇਟ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਹਾਲੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਰਿਕਵੈਸਟ ਆ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਦਬਾ ਲਵੋ ਹਰ ਇੱਕ ਲੇਟੈਸਟ ਅਪਡੇਟ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ